ਖਡੂਰ ਸਾਹਿਬ ਤੋਂ ਚੁਣੇ ਹੋਏ ਸੰਸਦ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਦੱਸ ਦਈਏ ਕਿ ਇੱਕ ਸਿੱਖ ਕੌਮ ਨੂੰ ਵੱਡੀ ਅਪੀਲ ਕੀਤੀ ਗਈ ਹੈ ਅਤੇ ਉਹਨਾਂ ਦਾ ਕਹਿਣਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਵਿੱਚ ਸਾਰੇ ਜਿਹੜੇ ਕਿ ਸਿੱਖ ਕੌਮ ਇਕੱਠੀ ਹੋਵੇ ਅਤੇ ਅਸੀਂ ਚਾਹੁੰਦੇ ਹਾਂ ਕਿ ਸਾਰੀ ਸਿੱਖ ਕੌਮ ਇਕੱਠੀ ਹੋ ਕੇ ਜਿਹੜਾ ਕਿ ਲੋਕਾਂ ਦੇ ਲਈ ਕੰਮ ਕਰੇ ਅਤੇ ਜਿਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕਾਂ ਨੇ ਸਾਡਾ ਸਾਥ ਦਿੱਤਾ ਹੈ ਅਤੇ ਜਿਸ ਦੇ ਦੌਰਾਨ ਭਾਈ ਅੰਮ੍ਰਿਤਪਾਲ ਸਿੰਘ ਨੂੰ ਖਡੂਰ ਸਾਹਿਬ ਤੋਂ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕੀਤੀ। ਅਸੀਂ ਦਿਲੋਂ ਧੰਨਵਾਦ ਕਰਦੇ ਹਾਂ ਸਿੱਖ ਕੌਮ ਨੂੰ, ਵੱਡਾ ਸੁਨੇਹਾ ਹੋਰ ਵੀ ਲਗਾਇਆ ਗਿਆ ਅਤੇ ਪੂਰੇ ਮੁੱਦੇ ਨੂੰ ਲੈ ਕੇ ਸੁਣਦੇ ਹਾਂ ਭਾਈ ਅੰਮ੍ਰਿਤਪਾਲ ਸਿੰਘ ਦੇ ਪਿਤਾ ਤਰਸੇਮ ਸਿੰਘ ਦਾ ਹੋਰ ਕੀ ਕਹਿਣਾ ਹੈ। ਵਾਪਰਨ ਦੀ ਸੰਭਾਵਨਾ ਵਾ, ਉਹ ਬਹੁਤ ਖਤਰਨਾਕ ਮਨਸੂਬੇ ਉਹਨਾਂ ਦੇ, ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਮੇਰੇ ਖਿਆਲ ਇੱਕ ਹੋਣ ਦੀ ਲੋੜ ਆ ਇੱਥੇ ਹੁਣ, ਜਾਂ ਨਵੀਆਂ ਜਥੇਬੰਦੀਆਂ ਨਵੀਆਂ ਪਾਰਟੀਆਂ ਬਣਾਉਣ ਦਾ ਮੇਰੇ ਖਿਆਲ ਇਹ ਇੰਨਾ ਸਮਾਂ ਨਹੀਂ, ਪਰ ਸਾਨੂੰ ਸਾਰਿਆਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਅਕਾਲ ਤਖਤ ਦੀ ਛਤਰ ਛਾਇਆ ਹੇਠ ਇੱਕ ਪਲੇਟਫਾਰਮ 'ਤੇ ਇਕੱਠੇ ਹੋਣ ਦੀ ਲੋੜ ਆ, ਕਿਉਂਕਿ ਜੋ ਪੁਰਾਣੀ ਸਾਡੀ ਰਵਾਇਤੀ ਲੀਡਰਸ਼ਿਪ ਕੋਲ ਗਲਤੀਆਂ ਹੋਈਆਂ, ਬਹੁਤ ਕੁਝ ਸਾਡੀ ਕੌਮ ਦਾ ਨੁਕਸਾਨ ਹੋਇਆ, ਜਿਹੜਾ ਉਹਦੀ ਭਰਪਾਈ ਕਰਨੀ ਤਾਂ ਬੜੀ ਮੁਸ਼ਕਲ ਦੀ ਗੱਲ ਆ ਕਿ ਬਹੁਤ ਸਮਾਂ ਲੱਗੇਗਾ। ਜੇ ਅਸੀਂ ਅੱਜ ਤੋਂ ਹੀ ਸਾਰੇ ਜਣੇ ਆਪਣੀ ਜਿਹੜੀ ਹਉਮੈ ਹੰਕਾਰ ਜੋ ਚੌਧਰਪੁਣਾ ਉਹਨੂੰ ਤਿਆਗ ਦੀ ਭਾਵਨਾ ਦਿਖਾਈਏ, ਤਾਂ ਜੇ ਜੋ ਸਾਡੇ ਪੁਰਾਣੇ ਲੀਡਰ ਆ, ਜੇ ਉਹਨਾਂ ਨੇ ਆਪਣੀ ਸਮਰੱਥਾ ਨਾਲ ਬਹੁਤ ਚੰਗਾ ਕੁਛ ਕਰਨ ਦੀ ਵੀ ਕੋਸ਼ਿਸ਼ ਕੀਤੀ, ਚਲੋ ਕੁਛ ਉਹਨਾਂ ਦੇ ਹਾਲਾਤ ਵੀ ਉਸ ਟਾਈਮ ਦੇ ਇੱਦਾਂ ਦੇ ਹੋਣਗੇ, ਪਰ ਠੀਕ ਹੈ ਕਿ ਉਹਨਾਂ ਦੇ ਜਿਹੜੇ ਰੋਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ, ਉਹਨਾਂ ਚੰਗਾ ਵੀ ਨਿਭਾਇਆ ਮਾੜਾ ਵੀ ਨਿਭਾਇਆ, ਚੰਗਾ ਨਿਭਾਉਣ ਵਾਲੇ ਵੀ ਬਹੁਤ ਆ, ਜਾਂ ਉਹਨਾਂ ਦੀ ਸੁਣੀ ਨਹੀਂ ਗਈ ਜਾਂ ਕੋਈ ਇਹੋ ਜਿਹੀਆਂ ਚੀਜ਼ਾਂ ਵੀ ਵਾਪਰੀਆਂ, ਇਸ ਕਰਕੇ ਆਪਾਂ ਸਾਰਿਆਂ ਨੂੰ ਮੇਰੇ ਖਿਆਲ ਹੈ ਕੌਮ ਦੇ ਸਿਰ ਦੇ ਸੱਜਣਾਂ ਨੂੰ ਬੈਠ ਕੇ ਹੀ ਕੋਈ ਇਹੋ ਜਿਹੀ ਰੂਪ ਰੇਖਾ ਤਿਆਰ ਕੀਤੀ ਜਾਣੀ ਚਾਹੀਦੀ ਹੈ ਜਿਹੜੇ ਸਾਡੀ ਕੌਮ ਇੱਕ ਲੜੀ 'ਚ ਪਰੋਈ ਜਾ ਸਕੇ, ਇੱਕ ਹੋ ਸਕੀਏ, ਤਾਂ ਹੀ ਇਹ ਹੋਰ ਨਹੀਂ ਤਾਂ ਪਾਰਟੀਆਂ ਬਣਾਉਣੀਆਂ ਕੋਈ ਵੱਡੀ ਗੱਲ ਨਹੀਂ, ਪਾਰਟੀਆਂ 'ਤੇ ਰਜਿਸਟਰ ਹੁੰਦੇ ਆ ਜਾਂ ਕੁਛ ਕਰਦੇ ਆ ਵੀ ਸਮਾਂ ਨਹੀਂ ਲੱਗਦਾ, ਇਸ ਕਰਕੇ ਮੇਰਾ ਖਿਆਲ ਹੈ ਕਿ ਪਾਰਟੀਆਂ ਅਤੇ ਅੱਗੇ ਵੀ ਆਪਣੇ ਕੋਲ ਬਹੁਤ ਆ, ਆਪਾਂ ਮੇਰੇ ਖਿਆਲ ਹੈ ਕਿ ਕੋਈ ਇਹੋ ਜਿਹਾ ਉਪਰਾਲਾ ਕਰੀਏ ਜਿਸ 'ਚ ਸਾਰੀ ਕੌਮ ਇੱਕਜੁੱਟ ਹੋ ਸਕੇ, ਜੋ ਸਾਡੇ ਮਸਲੇ ਆ ਤਾਂ ਹੀ ਹੱਲ ਹੋ ਸਕਦੇ ਆ। ਬਾਕੀ ਬੜੇ ਕੁਰਬਾਨੀ ਵਾਲੇ ਪਰਿਵਾਰ, ਇਹ ਬੇਅੰਤ ਸਿੰਘ ਹੁਣੀ ਜੋ ਉਹਨਾਂ ਦੀ ਕੁਰਬਾਨੀ ਆ, ਸਤਵੰਤ ਸਿੰਘ ਹੋਣਾਂ ਦੀ, ਭਾਈ ਕੇਰ ਸਿੰਘ ਹੋਣਾਂ ਦੀ, ਉਹਦੇ ਅੱਗੇ ਹਮੇਸ਼ਾ ਸਾਰੀ ਕੌਮ ਦਾ ਸਿਰ ਝੁਕਦਾ ਰਹੂਗਾ ਅਤੇ ਹਮੇਸ਼ਾ ਉਹਨਾਂ ਨੂੰ ਯਾਦ ਰੱਖਿਆ ਜਾਊਗਾ, ਅਤੇ ਇਹ ਚੀਜ਼ ਹੈ ਕਿ ਉਹਨਾਂ ਦੀ ਕੁਰਬਾਨੀ ਦਾ ਕੋਈ ਮੁੱਲ ਨਹੀਂ ਦਿੱਤਾ ਸਕਦਾ ਦਾਰ, ਇਹ ਤੁਸੀਂ ਜੋ ਉਹਨਾਂ ਨੂੰ ਮਾਣ ਸਤਿਕਾਰ ਜਾਂ ਅੰਮ੍ਰਿਤਪਾਲ ਨੂੰ ਦਿੱਤਾ, ਇਹਦੇ ਵਾਸਤੇ ਅਸੀਂ ਸਾਰੀਆਂ ਸੰਗਤਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੇ ਤਹਿ ਦਿਲ ਤੋਂ ਧੰਨਵਾਦੀ ਰਹਾਂਗੇ। ਸਾਡੀ ਇਹੋ ਇੱਛਾ ਕਿ ਸਾਡੀ ਕੌਮ ਇੱਕ ਝੰਡੇ ਥੱਲੇ ਇਕੱਠੀ ਹੋਵੇ ਅਤੇ ਸਾਡੇ ਜਿਹੜੇ ਬੰਦੀ ਸਿੰਘ ਇੰਨੇ ਚਿਰਾਂ ਤੋਂ ਜੋ ਸਾਡੀ ਕੌਮ ਦੀ ਆਨ ਸ਼ਾਨ ਲਈ ਜਿਨ੍ਹਾਂ ਨੇ ਕੁਰਬਾਨੀ ਕੀਤੀ ਉਹ ਜੇਲ੍ਹਾਂ 'ਚ ਰੋਲ ਰਹੇ, ਸਾਰਿਆਂ ਨੂੰ ਸਾਨੂੰ ਆਪਣੇ ਭੜੇ ਪਾਰਟੀਬਾਜ਼ੀ ਤੋਂ ਧੜੇਬਾਜ਼ੀ ਤੋਂ ਸਾਰਿਆਂ ਤੋਂ ਉੱਪਰ ਉੱਠ ਕੇ ਇੱਕ ਮੰਚ 'ਤੇ ਇਕੱਠੇ ਹੋ ਕੇ ਉਹਨਾਂ ਲਈ ਵੀ ਇਹ ਖਾਲੀ ਵਿਖਾਵਾ ਨਾ ਕੀਤਾ ਜਾਵੇ। ਅੱਗੇ ਸਾਡੇ ਲੀਡਰਾਂ ਨੇ ਮੇਰੇ ਖਿਆਲ ਹੈ ਕਿ ਇਹੋ ਜਿਹੇ ਮਸਲਿਆਂ 'ਤੇ ਵਿਖਾਵਾ ਕੀਤਾ, ਉਹਨਾਂ ਦਿਲੋਂ ਸਿਰਦ ਨਹੀਂ ਸੀਗੇ, ਇਸ ਕਰਕੇ ਜੇ ਸਾਰੀ ਕੌਮ ਇਕੱਠੀ ਹੋ ਜਾਵੇ ਤਾਂ ਮੇਰਾ ਖਿਆਲ ਕੋਈ ਸਮਾਂ ਨਹੀਂ ਲੱਗ ਸਕਦਾ, ਸਾਰੇ ਅਸੀਂ ਜੋ ਸਾਡੇ ਮਸਲੇ ਆ ਉਹਨਾਂ ਨੂੰ ਅਸੀਂ ਹੱਲ ਕਰਵਾ ਸਕਦੇ ਹਾਂ।